ਪਿਆਜ ਬਣ ਜਾਣੇ ਸੀ ਔਰਤ ਦਾ ਕਾਲ, ਟੋਕਰੇ ਵਿੱਚੋਂ ਪਿਆਜ ਕੱਢਣ ਲੱਗੀ ਨਾਲ ਵਾਪਰਿਆ ਪਾਣਾ। ਅਕਸਰ ਹੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਫਾਲਤੂ ਸਮਾਨ ਰੱਖਣ ਲਈ ਘਰਾਂ ਵਿੱਚ ਪਰਛੱਤੀਆਂ ਬਣਾਈਆਂ ਜਾਂਦੀਆਂ ਨੇ, ਜਿਸ ਉੱਪਰ ਜ਼ਿਆਦਾਤਰ ਉਹ ਸਮਾਨ ਰੱਖਿਆ ਜਾਂਦਾ ਹੈ ਜੋ ਕਿ ਬਹੁਤ ਹੀ ਘੱਟ ਕੰਮ ਆਉਂਦਾ ਹੈ, ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਮਰੇ ਦੀ ਪਰਛੱਤੀ ਉੱਪਰੋਂ ਸੱਪ ਨੂੰ ਫੜਿਆ ਜਾ ਰਿਹਾ ਹੈ। ਦਰਅਸਲ ਇਸ ਪਰਿਵਾਰ ਨੇ ਆਪਣੇ ਸਟੋਰ ਕਮਰੇ ਵਿੱਚ ਇੱਕ ਪਰਛੱਤੀ ਬਣਾਈ ਹੋਈ ਸੀ ਜਿਸ ਉੱਪਰ ਪਰਿਵਾਰ ਦਾ ਫਾਲਤੂ ਸਮਾਨ ਰੱਖਿਆ ਹੋਇਆ ਸੀ ਅਤੇ ਇਸ ਪਰਿਵਾਰ ਨੇ ਇਕੱਠੇ ਪਿਆਜ ਲੈ ਕੇ ਵੀ ਪਰਛੱਤੀ ਉੱਪਰ ਟੋਕਰੇ ਵਿੱਚ ਪਾ ਕੇ ਰੱਖੇ ਹੋਏ ਸੀ। ਜਦੋਂ ਇਸ ਪਰਿਵਾਰ ਦੀ ਔਰਤ ਪਰਛੱਤੀ ਉੱਪਰ ਪਿਆਜ ਲਾਉਣ ਲਈ ਚੜ੍ਹੀ ਅਤੇ ਜਿਵੇਂ ਹੀ ਉਸਨੇ ਟੋਕਰੇ ਵਿੱਚ ਹੱਥ ਮਾਰਿਆ ਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਨਿਕਲ ਆਇਆ। ਔਰਤ ਇੱਕੋ ਦਮ ਡਰ ਕੇ ਥੱਲੇ ਉਤਰ ਆਈ। ਜਦੋਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਪਿਆਜਾਂ ਵਾਲੇ ਟੋਕਰੇ ਤੇ ਇੱਕ ਸੱਪ ਬੈਠਾ ਹੈ ਤਾਂ ਪਰਿਵਾਰ ਵੱਲੋਂ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਜਦੋਂ ਸੱਪ ਫੜਨ ਵਾਲਾ ਪਰਛੱਤੀ ਉੱਪਰ ਚੜ੍ਹ ਕੇ ਟੋਕਰੇ ਤੇ ਬੈਠਾ ਸੱਪ ਫੜ ਕੇ ਥੱਲੇ ਆਉਣ ਲੱਗਾ ਤਾਂ ਉਸਨੂੰ ਖੂੰਜੇ ਵਿੱਚ ਇੱਕ ਹੋਰ ਸੱਪ ਦਿਖਾਈ ਦਿੱਤਾ। ਸੋ ਇਸ ਪਰਿਵਾਰ ਦੇ ਘਰ ਦੀ ਪਰਛੱਤੀ ਉੱਪਰੋਂ ਇੱਕ ਨਹੀਂ ਸਗੋਂ ਦੋ ਜ਼ਹਿਰੀਲੇ ਸੱਪ ਫੜੇ। ਪਰਿਵਾਰ ਵੀ ਹੈਰਾਨ ਹੈ ਕਿ ਇਹ ਕਮਰਾ ਤਾਂ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ ਪਰ ਫਿਰ ਵੀ ਇੱਥੇ ਸੱਪ ਕਿਵੇਂ ਆ ਗਏ। ਸੋ ਜੇਕਰ ਤੁਹਾਡੇ ਘਰ ਵਿੱਚ ਵੀ ਨੇ ਪਰਛੱਤੀਆਂ ਤਾਂ ਤੁਸੀਂ ਵੀ ਉਹਨਾਂ ਦੀ ਸਾਫ਼ ਸਫਾਈ ਦਾ ਧਿਆਨ ਜ਼ਰੂਰ ਰੱਖਿਆ ਕਰੋ। ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰੋ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।